ਫੀਲਡ ਵਿੱਚ 30-40 ਲੱਖ ਰੁਪਈਆ ਚੱਕੀ ਫਿਰਦੇ ਆ ਕਾਹਦੇ ਵਾਸਤੇ ਗੋਰਿਆਂ ਕੋਲੇ ਪਹੁੰਚਣ ਵਾਸਤੇ ਤੇ ਕੀ ਉਹਨਾਂ ਦੀ ਸ਼ਹੀਦੀ ਦਾ ਮੁੱਲ ਪਾਇਆ ਹੋਵੇ ਉਹ ਵੀ 90-90 ਸਾਲ ਦੀ ਉਮਰ ਜਿਉਂ ਲੈਂਦੇ ਨੇ ਗੋਰਿਆਂ ਨੂੰ ਉੱਥੇ ਰੱਖ ਲੈਂਦੇ ਨੇ ਸੋ ਵੀਰੋ ਆ ਜਿਹੜੇ ਮੋਹਰੇ ਲਾਏ ਸੀ ਇਹਨਾਂ ਨੂੰ ਬਦਲ ਲਓ 20 ਤਰੀਕ ਨੂੰ ਤੁਹਾਡੇ ਕੋਲੇ ਮੌਕਾ ਹੈ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਦਵਾਉਣ ਦਾ 20 ਤਰੀਕ ਨੂੰ ਮੌਕਾ ਹੈ ਨੌਜਵਾਨਾਂ ਨੂੰ ਕੰਮ ਧੰਦੇ ਤੇ ਲਾਉਣ ਦਾ 20 ਤਰੀਕ ਨੂੰ ਮੌਕਾ ਹੈ ਬਜ਼ੁਰਗਾਂ ਦਾ ਵਰਲਡ ਲੈਵਲ ਦਾ ਫ੍ਰੀ ਦੇ ਵਿੱਚ ਇਲਾਜ ਕਰਵਾਉਣ ਦਾ 20 ਤਰੀਕ ਨੂੰ ਮੌਕਾ ਹੈ ਇਹਨਾਂ ਦੇ ਹੈਲੀਕਾਪਟਰ ਥੱਲੇ ਲਾਉਣ ਦਾ हरजोत बहस मेरा छोटा भाई है और तुहानूं हैरानी होगी आ गल सुन के कि जिस वेले मैं 2014 च इलेक्शन लड़ रहा सी 2014 च ਤਾਂ ਇਹ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਸੀ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਹੀ ਲੈ ਕੇ ਉਦੋਂ ਟਾਵਾਂ ਟਾਵਾਂ ਹੀ ਜਾਂਦਾ ਸੀ ਕੋਈ ਸਰਕਾਰਾਂ ਦੇ ਕੋਲ ਕੌਣ ਮੱਕੀ ਸ੍ਰੀ ਅਨੰਦਪੁਰ ਸਾਹਿਬ ਜਦੋਂ ਮੈਂ ਕਿਤੇ ਮਾਛੀਵਾੜੇ ਜਾਂ ਚਮਕੌਰ ਸਾਹਿਬ ਜਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿਤੇ ਲੰਘਦੇ ਆ ਮੈਂ ਸੋਚਦਾ ਹੁੰਦਾ ਇੱਥੇ ਕਿਤੇ ਗੁਰੂ ਸਾਹਿਬ ਜ਼ੁਲਮ ਦੇ ਵਿਰੁੱਧ ਲੜਾਈਆਂ ਲੜਦੇ ਫਿਰਦੇ ਹੋਣਗੇ ਉਦੋਂ ਮਾਛੀਵਾੜ ਦੇ ਜੰਗਲਾਂ 'ਚ ਕੰਡਿਆਂ ਦੀ ਸੇਜ ਵਿਛਾਈ ਤੇ ਇੱਥੇ ਕਿਤੇ ਜ਼ੁਲਮ ਦੇ ਖਿਲਾਫ ਲੜਾਈਆਂ ਹੁੰਦੀਆਂ ਹੋਣਗੀਆਂ ਕੋਈ ਬਹੁਤੀ ਪੁਰਾਣੀ ਗੱਲ ਨਹੀਂ 1699 4-5 ਪੀੜ੍ਹੀਆਂ ਪਿੱਛੇ ਆਪਾਂ ਜੇ ਚਲੇ ਜਾਈਏ ਆਪਣੇ ਪੜਦਾਦੇ 4-5 ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਹੋਊਗਾ ਕੋਈ ਬਹੁਤੀ ਤਾਂ ਪੁਰਾਣੀ ਗੱਲ ਹੈ 13 ਅਪ੍ਰੈਲ 1699 ਨੂੰ ਤਾਂ ਖਾਲਸਾ ਸਾਜਿਆ ਸੀ ਅੱਜ ਗੁਰੂ ਘਰ ਮੱਥੇ ਲੱਗਦਾ ਮੈਂ ਝੂਠ ਨਹੀਂ ਬੋਲਦਾ ਇੱਕ ਤੁਹਾਡੇ ਕੋਲ ਮੌਕਾ ਆਇਆ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਸਾਡੀ ਖੇਤੀ ਠੀਕ ਹੋ ਜੇ ਆਮ ਆਦਮੀ ਪਾਰਟੀ ਕਿੱਤਾ ਠੀਕ ਹੋ ਜੇ ਜ਼ਿੰਦਾਬਾਦ ਸਾਡਾ ਬੇਰੁਜ਼ਗਾਰ ਨੌਜਵਾਨ ਨੂੰ ਇੱਥੇ ਹੀ ਕੰਮ ਮਿਲ ਜੇ ਕਿਉਂ ਅਸੀਂ ਧੱਕੇ ਖਾਈਏ ਬਾਹਰਲੇ ਮੁਲਕਾਂ ਜਾ ਕੇ ਉੱਥੇ ਜਾ ਕੇ ਦੇਖੋ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਹਜ਼ਾਰਾਂ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਕਾਹਦੇ ਵਾਸਤੇ ਗੋਰਿਆਂ ਨੂੰ ਇਸ ਮੁਲਕ ਚੋਂ ਕੱਢਣ ਵਾਸਤੇ ਕਾਬਲ ਪੜ੍ਹਿਆ ਲਿਖਿਆ ਵਕੀਲ ਹੈ ਇਹ ਕਚਹਿਰੀਆਂ ਦੇ ਵਿੱਚ ਇਹਨੂੰ ਵਕਾਲਤ ਬਹੁਤੀ ਵਧੀਆ ਨਹੀਂ ਲੱਗਦੀ ਇਹ ਤੁਹਾਡਾ ਵਕੀਲ ਬਣਨਾ ਚਾਹੁੰਦਾ ਅਨੰਦਪੁਰ ਸਾਹਿਬ ਦੇ ਇੱਕ ਮੈਂ ਹੋਰ ਗੱਲ ਦੱਸ ਦਿੰਦਾ ਹਰੇ ਰੰਗ ਦਾ ਪੈਨ ਜਿਹੜਾ ਤੁਸੀਂ ਮੈਨੂੰ ਦਿਓਗੇ ਬਤੌਰ ਮੁੱਖ ਮੰਤਰੀ ਪੈਨ ਤੁਹਾਡਾ ਹੋਊਗਾ ਹੱਥ 'ਚ ਮੇਰੇ ਹੋਊਗਾ ਇਹ ਤੋਂ ਪਹਿਲਾਂ ਸਰਕਾਰਾਂ ਮਹਿਲਾਂ 'ਚੋਂ ਚੱਲਦੀਆਂ ਰਹੀਆਂ ਜਿੰਨਾ ਮਹਿਲਾਂ ਦੇ ਸਾਡੇ 4-4 ਸਾਲ ਦਰਵਾਜ਼ੇ ਨਹੀਂ ਖੁੱਲੇ ਜਾ ਹੁਣ ਸਰਕਾਰਾਂ 2022 'ਚ ਮਾਰਚ 10 ਤੋਂ ਬਾਅਦ ਸਰਕਾਰ ਪਿੰਡਾਂ 'ਚੋਂ ਚੱਲੂਗੀ ਸਰਕਾਰ ਸ਼ਹਿਰਾਂ 'ਚੋਂ ਚੱਲੂਗੀ ਵਾਰਡਾਂ 'ਚੋਂ ਮਹੱਲਿਆਂ 'ਚੋਂ ਚੱਲੂਗੀ ਉਹ ਮੈਨੂੰ ਸਾਡੇ ਵਾਲੇ ਇਲਾਕੇ ਵਾਲੇ ਥੋੜ੍ਹੇ ਜ਼ਿਆਦਾ ਗੱਲ ਬਹੁਤ ਆਉਂਦੀ ਉੱਥੇ ਲੋਕਾਂ ਨੂੰ ਸਾਡੇ ਵਾਲੇ ਉਹ ਮੈਨੂੰ ਇੱਕ ਕਹਿੰਦਾ ਬਜ਼ੁਰਗ ਕਹਿੰਦਾ ਮਾਨ ਹੋਏ ਮਾਨ ਹੋਈ ਕਹਿੰਦੇ ਮੈਨੂੰ ਆਪਣੇ ਵਾਲਾ ਸਾਡੇ ਵਾਲਾ ਉਹ ਗੱਲ ਤਾਂ ਹੁਣ ਮੈਂ ਕਿਹਾ ਹਾਂਜੀ ਬਾਪੂ ਜੀ ਯਾਰ ਇਹ ਮਸ਼ੀਨ ਤੇ ਝਾੜੂ ਦੇ 2 ਬਟਨ ਨਹੀਂ ਲੱਗ ਸਕਦੇ ਤੂੰ ਕੀ ਕਰਨੇ ਆਪਾਂ ਆਪਣੇ ਕੋਲੇ ਆਪਾਂ ਰੇਤੇ ਦੇ ਜਾਂ ਕੋਈ ਆ ਜਿਹੜੇ ਪਰਚੇ ਪੁਰਚੇ ਕਰਾਉਣ ਵਾਲੇ ਉਹ
ਸੌਣੇ ਨੇ ਆਪਾਂ ਪਰਚੇ ਬਹੁਤ ਪਰਚੇ ਕਰਾਈ ਆ ਮੇਰਾ ਵੀਰ ਨਰਸ਼ੇਰ ਗਿੱਲ ਖੜਾ ਪਿਛਲੀ ਵਾਰ ਅਨੰਦਪੁਰ ਸਾਹਿਬ ਤੋਂ ਤੁਸੀਂ ਐਮਪੀ ਦੇ ਤੌਰ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਚਲੋ ਕਾਮਯਾਬੀਆਂ ਨਾਕਾਮੀਆਂ ਦੇ ਬਾਅਦ ਚ ਹੁੰਦੀਆਂ ਨੇ ਪਰ ਖੜੇ ਤਾਂ ਰਹੋ ਨਾ ਉਸੇ ਪੁਆਇੰਟ ਤੇ ਖੜੇ ਤਾਂ ਰਹੋ ਉਸ ਏਜੰਡੇ ਤੇ ਆ ਰੋਜ਼ ਬਦਲਦੇ ਆ ਹੁਣ ਨਵਜੋਤ ਸਿੱਧੂ ਹੈ ਹੁਣ ਤਾਂ ਕੁਝ ਕਹਾਂ ਵੀ ਨਹੀਂ ਸਾਨੂੰ ਪਤਾ ਤੁਸੀਂ ਕੀ ਕਹਿੰਦੇ ਜੀ